ਪੁਰਾਤਨ ਵਿਰਸੇ ਨੂੰ ਸੰਭਾਲਣ ਦੇ ਲਈ ਜਿੱਥੇ ਹੁਣ ਜਿਹੜੀਆਂ ਆਰਟ ਗੈਲਰੀਆਂ ਬਣਦੀਆਂ ਨੇ, ਘਰ ਬਣਦੇ ਨੇ, ਤਾਂ ਉੱਥੇ ਹੀ ਇੱਕ ਟੀਚਰ ਨੇ ਹਰਦਰਸ਼ਨ ਸਿੰਘ ਸੋਹਲ, ਜੋ ਕਿ ਟੀਚਰ ਹੁੰਦੇ ਹੋਏ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੇ ਆਪਦਾ ਜਿਹੜਾ ਇਹ ਕੰਮ ਸੀਗਾ ਜਿਹੜਾ ਜਾਰੀ ਰੱਖਿਆ, ਆਰਟ ਨੂੰ ਜਾਰੀ ਰੱਖਿਆ, ਲੇਕਿਨ ਉਹਨਾਂ ਵੱਲੋਂ ਇੱਕ ਸ਼ਹਿਰ ਛੱਡ ਕੇ ਪਿੰਡ ਦੇ ਵਿੱਚ ਜਾ ਕੇ ਇੱਕ ਆਰਟ ਗੈਲਰੀ ਬਣਾਈ ਗਈ, ਜਿੱਥੇ ਕਿ ਹਰ ਉਹ ਪੁਰਾਤਨ ਚੀਜ਼ਾਂ ਜਿਹੜੀਆਂ ਰੱਖੀਆਂ ਗਈਆਂ, ਸਾਂਭ ਸੰਭਾਲ ਕੇ ਰੱਖੀਆਂ ਗਈਆਂ, ਜਿਨ੍ਹਾਂ ਨੂੰ ਅੱਜ ਲੋਕ ਦੇਖਣ ਨੂੰ ਤਰਸਦੇ ਨੇ, ਅਤੇ ਵੱਡੇ ਪੱਧਰ 'ਤੇ ਲੋਕ ਉਹਨਾਂ ਕੋਲ ਜਾ ਕੇ ਪਿੰਡ ਦੇ ਵਿੱਚ ਉਹਨਾਂ ਦੀ ਉਹ ਆਰਟ ਗੈਲਰੀ ਨੂੰ ਦੇਖਦੇ ਨੇ। ਮੇਰੇ ਨਾਲ ਹਰਦਰਸ਼ਨ ਸਿੰਘ ਸੋਹਲ ਨੇ। ਸੋਹਲ ਸਾਹਿਬ, ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਇਸ ਲਾਈਨ ਦੇ ਵਿੱਚ? ਬੀਰਾ ਸਿੰਘ ਜੀ, ਦੇਖੋ ਮੈਂ ਤੁਹਾਡੀ ਨਜ਼ਰ 'ਚ ਹੀ ਹੈ, ਆਪਾਂ ਬਚਪਨ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਹਾਂ। ਤੁਹਾਨੂੰ ਪਤਾ ਹੈ ਕਿ ਮੈਂ ਚਿੱਤਰਕਾਰੀ ਲੇਖਕ, ਅਤੇ ਇਹ ਵਿਰਸਾ ਸਾਂਭ ਸੰਭਾਲ ਦੀ ਬਚਪਨ ਤੋਂ ਮੈਨੂੰ ਲਗਨ ਹੈ, ਅਤੇ ਮੈਂ ਪਹਿਲਾਂ ਇਹ ਚੀਜ਼ਾਂ ਘਰ ਵਿੱਚ ਇਕੱਠੀਆਂ ਕਰਦਾ ਸੀ, ਤਾਂ ਘਰ ਦੇ ਵਿੱਚ ਇੰਨਾ ਸਮਾਨ ਇਕੱਤਰ ਹੋ ਗਿਆ ਕਿ ਉਸਨੂੰ ਰੱਖਣ ਨੂੰ ਜਗ੍ਹਾ ਨਹੀਂ ਜਦੋਂ ਮਿਲੀ, ਤਾਂ ਮੈਨੂੰ ਮਜਬੂਰ ਹੋ ਕੇ, ਕਿਉਂਕਿ ਮੈਂ ਬੜੀ ਮੁਸ਼ਕਲ ਨਾਲ ਇਹ ਸਮਾਨ ਇਕੱਠਾ ਕੀਤਾ ਸੀ, ਤੁਸੀਂ ਮਜਬੂਰੀ ਲਾ ਲਓ ਜਾਂ ਮੇਰਾ ਸ਼ੌਂਕ ਲਾ ਲਓ, ਮੈਨੂੰ ਇੱਕ ਵੱਡਾ ਉਪਰਾਲਾ ਕਰਨਾ ਪਿਆ ਕਿ ਇਸ ਮਿਊਜ਼ੀਅਮ ਦੀ, ਇਸ ਅਜਾਇਬ ਘਰ ਦੀ ਮੈਨੂੰ ਸਥਾਪਨਾ ਕਰਨੀ ਪਈ, ਜਿੱਥੇ ਮੈਂ ਆਪਣਾ ਇਹ ਸਾਰਾ ਮੇਰਾ ਸਮਾਨ ਹੈ ਜਿਹੜਾ ਸਮਾ ਸਕੇ, ਤੇ ਇਹ ਸਮਾ ਕੇ ਵੀ ਮੇਰੇ ਕੋਲ ਹਜੇ ਇਸ ਤਰ੍ਹਾਂ ਇੰਨਾ ਸਮਾਨ ਪਿਆ ਕਿ ਇੰਨੇ ਹੀ ਸਮਾਨ ਐਡਾ ਮਿਊਜ਼ੀਅਮ ਇੱਕ ਹੋਰ ਬਣਾ ਸਕਦਾ ਮੈਂ। ਸੋਹਲ ਸਾਹਿਬ, ਜਿਸ ਤਰ੍ਹਾਂ ਦਾ ਇਹ ਸਮਾਨ ਜਿਹੜਾ ਮਤਲਬ ਆਮ ਘਰਾਂ ਦੇ ਵਿੱਚ ਤਾਂ ਦਿਸਦਾ ਨੀਗਾ, ਨਾ ਹੀ ਮੈਂ ਕਿਸੇ ਅਜਾਇਬ ਘਰ ਦੇ ਵਿੱਚ ਦੇਖਿਆ, ਕਿੱਥੋਂ ਤੁਸੀਂ ਇਕੱਠਾ ਕੀਤਾ ਇੰਨਾ ਬਰੀਕੀ ਦੇ ਨਾਲ ਸਮਾਨ, ਐਡੇ ਵੱਡੇ ਲੈਵਲ ਦੇ ਉੱਪਰ ਇਕੱਠਾ ਕਰਨਾ, ਪੰਜਾਬ ਤੋਂ ਕੀਤਾ ਜਾਂ ਪੰਜਾਬ ਤੋਂ ਬਾਹਰੋਂ ਵੀ ਹੈ? ਇਹ ਤੁਸੀਂ ਬਹੁਤ ਵਧੀਆ ਕਿਹਾ ਕਿ ਇਹ ਸਮਾਨ ਅਜਾਇਬ ਘਰਾਂ ਦੇ ਵਿੱਚ ਨਹੀਂ ਮਿਲਦਾ। ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਅਜਾਇਬ ਘਰ ਹੈ ਅੱਜ ਤੋਂ 50-60 ਸਾਲ ਪਹਿਲਾਂ ਦੇ ਬਣੇ ਹੋਏ ਆ, ਜਿਹੜੀਆਂ 50-60 ਸਾਲ ਬਾਅਦ ਚੀਜ਼ਾਂ ਪੁਰਾਣੀਆਂ ਹੋਈਆਂ ਤੇ ਉਹਨਾਂ ਨੂੰ ਕਿਸੇ ਨੇ ਨਹੀਂ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਿਹੜੀਆਂ ਇਹ ਚੀਜ਼ਾਂ ਪੁਰਾਤੱਤਵ ਵਿੱਚ ਆਈਆਂ, ਚਾਹੇ ਉਹ ਸਾਡੇ ਖੇਤੀਬਾੜੀ ਦੇ ਸੰਦ ਸੀ, ਚਾਹੇ ਉਹ ਸਾਡੇ ਪੁਰਾਣੇ ਔਜ਼ਾਰ ਸੀ, ਚਾਹੇ ਸਿੱਕੇ ਸੀ, ਚਾਹੇ ਹਥਿਆਰ ਸੀ, ਉਹਨਾਂ ਨੂੰ ਫਿਰ ਮੈਂ ਇਹ ਦੇਖਿਆ ਕਿ ਮੈਂ ਜਦੋਂ ਸਾਰੇ ਮਿਊਜ਼ੀਅਮਾਂ ਦੇ ਵਿੱਚ ਗਿਆ, ਚਾਹੇ ਉਹ ਆਪਣੇ ਚੰਡੀਗੜ੍ਹ ਅਜਾਇਬ ਘਰ ਹੈ, ਚਾਹੇ ਜੈਪੁਰ ਜੋਧਪੁਰ ਹੈ, ਚਾਹੇ ਬੀਕਾਨੇਰ ਹੈ, ਚਾਹੇ ਆਪਣਾ ਹੋਰ ਥਾਵਾਂ ਤੇ ਬੰਬੇ ਵਗੈਰਾ ਹੈਗੇ ਹੈ, ਮੈਨੂੰ ਇਹ ਚੀਜ਼ਾਂ ਨਹੀਂ ਉੱਥੇ ਦੇਖਣ ਨੂੰ ਮਿਲੀਆਂ। ਤਾਂ ਮੇਰੇ ਦਿਮਾਗ ਨੇ ਇੱਕ ਕਿਹਾ ਕਿ ਜਿਹੜੀਆਂ ਚੀਜ਼ਾਂ ਕਿਤੇ ਵੀ ਨਹੀਂ, ਤਾਂ ਉਹ ਸਾਰੀਆਂ ਅਸੀਂ ਮੈਂ ਇੱਥੇ ਇਕੱਠੀਆਂ ਕੀਤੀਆਂ। ਸੋਹਲ ਸਾਹਿਬ, ਤੁਸੀਂ ਇਕੱਲੇ ਇਸ ਚੀਜ਼ ਨਾਲ ਜੁੜੇ ਹੋਏ ਜਾਂ ਪਰਿਵਾਰਕ ਤੌਰ ਦੇ ਉੱਪਰ, ਕਿਉਂਕਿ ਜਿਵੇਂ ਇੱਥੇ ਤੁਸੀਂ ਗੈਲਰੀ ਬਣਾਈ ਹੈ ਤਾਂ ਇੱਥੇ ਬੜੇ ਲੋਕ ਜਿਹੜੇ ਨੇ ਬਾਹਰੋਂ ਵੀ ਆਉਂਦੇ ਨੇ, ਤਾਂ ਫਿਰ ਕਿਸ ਤਰ੍ਹਾਂ ਤੁਸੀਂ ਅਟੈਂਡ ਕਰਦੇ ਹੋ, ਕਿਵੇਂ ਆਪਦਾ ਸਮਾਂ ਜਿਹੜਾ ਉਹਨਾਂ ਨੂੰ ਦਿੰਦੇ ਹੋ? ਦੇਖੋ ਹਜੇ ਤਾਂ ਮੇਰੇ ਇਹਦਾ ਜਿਹੜਾ ਬਾਹਰਲੇ ਲੋਕਾਂ ਦਾ ਇੰਨਾ ਆਉਣ ਜਾਣ ਨਹੀਂ, ਸਿਰਫ ਅੱਜ ਸ਼ਾਮ ਤੱਕ ਕੋਈ 2-4 ਲੋਕ ਆਉਂਦੇ, ਤਾਂ ਮੇਰਾ ਪਰਿਵਾਰ ਹੀ ਹਜੇ ਇਹਨੂੰ ਮੈਂ ਪਰਿਵਾਰਕ ਤੌਰ ਤੇ ਸੰਭਾਲਦਾ। ਮੇਰਾ ਬੇਟਾ ਹੈ, ਮੇਰੀ ਪਤਨੀ ਹੈ, ਮੇਰੇ ਬੇਟੇ ਦੀ ਮਿਸਿਜ਼ ਹੈ, ਇੱਕ ਮੇਰੀ ਛੋਟੀ ਜਿਹੀ ਪੋਤੀ ਹੈ ਲਾਹੀ ਜੋਤ, ਉਹਨੂੰ ਬੜਾ ਸ਼ੌਂਕ ਹੈ, ਉਹ ਜਦੋਂ ਕੋਈ ਵਿਜ਼ਿਟਰ ਆ ਜਾਂਦਾ ਤੇ ਉਹਨੂੰ ਹਰੇਕ ਨੂੰ ਉਹ ਦੱਸਦੀ ਵੀ ਹੈ ਇਹਦੇ ਬਾਰੇ, ਤੇ ਉਸ ਮੇਰੇ ਪਰਿਵਾਰ ਦਾ ਮੈਨੂੰ ਸਹਿਯੋਗ ਹੈ। ਸੋਹਲ ਸਾਹਿਬ, ਜਿਹੜੀਆਂ ਪੇਂਡੂ ਚੀਜ਼ਾਂ ਤੋਂ, ਪੁਰਾਤਨ ਚੀਜ਼ਾਂ ਤੋਂ ਇਲਾਵਾ ਜਿਵੇਂ ਖੇਤੀ ਦੇ ਸੰਦ ਨੇ ਜਾਂ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਉਹ ਸੰਦ, ਉਹ ਸਮਾਨ ਜਿਹੜਾ ਅੱਜ ਤੋਂ ਕਹਿ ਸਕਦੇ ਹਾਂ 50-60 ਸਾਲ ਪਹਿਲਾਂ ਦਾ ਵੀ ਹੈ, ਤਾਂ ਇੰਨਾ ਸਮਾਨ ਇਕੱਠਾ ਕਰਨਾ ਬੜਾ ਔਖਾ ਹੈ। ਤੁਸੀਂ ਦੇਖ ਰਹੇ ਹੋ ਜਿਵੇਂ ਗ੍ਰਾਮੋਫੋਨ ਮਸ਼ੀਨਾਂ ਪਈਆਂ, ਇਹ ਬੋਕਾ ਪਿਆ, ਇਹ ਮਸ਼ਕ ਪਿਆ, ਇਹ ਉੱਠਦੀਆਂ ਕਾਠੀਆਂ ਪਈਆਂ, ਪੁਰਾਣੇ ਹਲ ਪੰਜਾਲੀਆਂ ਘੰਘਰਾਲਾਂ ਪਈਆਂ, ਗਾਗਰਾਂ ਟੋਕਣੀਆਂ ਬਲਟੋਹੇ ਪਏ ਹੈ, ਤੁਸੀਂ ਦੇਖ ਰਹੇ ਹੋ ਕਿ ਜੱਗ ਗਲਾਸ ਪੁਰਾਣੇ ਕਿਸਮ ਦੇ ਪਏ ਹੈ, ਅੰਗਰੇਜ਼ਾਂ ਦੀ ਵਰਤੋਂ ਚ ਆਉਣ ਵਾਲੇ ਜਿਹੜੇ ਕੈਟਲ ਸੈੱਟ ਹੈ ਜਿਵੇਂ ਚਾਹ ਦਾ ਸਮਾਨ ਹੈ ਉਹ ਪਿਆ, ਜਾਂ ਪੁਰਾਤਨ ਕੈਮਰੇ, ਪੁਰਾਤਨ ਟੈਲੀਫੋਨ ਪਏ, ਜਦੋਂ ਤੋਂ ਕੈਮਰਾ ਸ਼ੁਰੂ ਹੋਇਆ, ਜਦੋਂ ਤੋਂ ਟੈਲੀਫੋਨ ਸ਼ੁਰੂ ਹੋਏ, ਉਹ ਸਾਰੇ ਮਾਡਲ ਹੈ, ਜਾਂ ਟਾਈਪ ਮਸ਼ੀਨਾਂ ਪਈਆਂ, ਸਟੋਵ ਪਏ ਹੈ, ਤਾਂ ਲੈਂਪ ਲਾਲਟਨਾਂ ਪਈਆਂ, ਤਾਂ ਇਹ ਸਾਰਾ ਸਮਾਨ ਹੈ ਜਿਹੜਾ ਮੈਂ ਕਹਿੰਦਾ ਵੀ ਅੱਜ ਤੋਂ 30-35 ਸਾਲ ਪਹਿਲਾਂ ਇਹ ਖਤਮ ਹੋ ਚੁੱਕਿਆ ਸੀ। ਅੱਜ ਅਸੀਂ ਜਿਹੜੀਆਂ ਚੀਜ਼ਾਂ, ਮੈਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਦੱਸਦਾ, ਜਿਹੜੀਆਂ ਅੱਜ ਅਸੀਂ ਮੋਬਾਈਲ ਯੂਜ਼ ਕਰ ਰਹੇ ਹਾਂ, ਆਪਾਂ ਇਹ ਕੈਮਰੇ ਯੂਜ਼ ਕਰ ਰਹੇ ਹਾਂ, ਇਹ ਚੀਜ਼ਾਂ ਨੂੰ ਨਾਲ ਸਾਨੂੰ 30-35 ਸਾਲ ਦਾ ਵਾਸਤਾ ਹੈ। ਜਿਹੜੀਆਂ ਚੀਜ਼ਾਂ ਮੈਂ ਸੰਭਾਲੀਆਂ ਹੋਈਆਂ, ਇਸ ਇਹਨਾਂ ਚੀਜ਼ਾਂ ਨੇ ਹਜ਼ਾਰਾਂ ਸਾਲ ਮਨੁੱਖਤਾ ਦੀ ਸੇਵਾ ਕੀਤੀ ਹੈ। ਆਹ ਤੰਗਲੀ ਪਈ ਹੈ, ਇਹਨੇ ਹਜ਼ਾਰਾਂ ਸਾਲ ਤੂੜੀ ਇਕੱਠੀ ਕੀਤੀ ਹੈ, ਇਹ ਕਰਾਹੀ ਪਈ ਹੈ, ਇਹਨੇ ਹਜ਼ਾਰਾਂ ਸਾਲਾਂ ਤੋਂ ਸਾਡੇ ਖੇਤਾਂ 'ਚ ਵੱਟਾਂ ਪਾਈਆਂ, ਇਹ ਊਠ ਦੀ ਸਵਾਰੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਾਂ, ਬੇਸ਼ੱਕ ਹੁਣ ਅਸੀਂ ਕਾਰਾਂ 'ਤੇ ਰਹਿ ਗਏ ਹਾਂ, ਸਾਡੇ ਬੱਚਿਆਂ ਨੂੰ ਊਠ ਨਹੀਂ ਪਤਾ, ਕੈਮਲ ਪਤਾ ਹੈ, ਸਾਡੇ ਬੱਚਿਆਂ ਨੂੰ ਕਾਠੀ ਨਹੀਂ ਪਤਾ, ਸੀਟ ਪਤਾ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਵਿਸਰ ਜਾਣੀਆਂ ਸੀ, ਸਾਡੇ ਆਉਣ ਜਾਣ ਵਾਲੀਆਂ ਜਿਹੜੀਆਂ ਪੁਸ਼ਤਾਂ ਉਹਨਾਂ ਨੂੰ ਕਿਸੇ ਨੇ ਦੱਸਣਾ ਵੀ ਨਹੀਂ ਸੀ।
ਇਸੇ ਕਰਕੇ ਮੈਂ ਜਿਹੜੀ ਕਿਤਾਬ ਲਿਖੀ ਮੇਰਾ ਮਾਖਾ ਮਿੱਠਾ ਮਾਲਵਾ, ਉਹਨਾਂ ਚ ਇਹਦਾ ਲਿਖਤੀ ਜ਼ਿਕਰ ਇਹਨਾਂ ਚੀਜ਼ਾਂ ਦਾ, ਤੇ ਜਿਹੜਾ ਮੈਂ ਇਕੱਠਾ ਕੀਤਾ ਇਹਨਾਂ ਦੇ ਉੱਤੇ ਸਲਿੱਪਾਂ ਲਗਾਈਆਂ ਹੋਈਆਂ। ਮੈਂ ਖੁਦ ਵੀ ਦੱਸਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਪਿੰਡਾਂ ਦੇ ਬੱਚੇ ਆ ਕੇ ਪੁੱਛਦੇ ਹੈ, ਉਹ ਚਾਚਾ ਜਾਂ ਤਾਇਆ ਕਹਿਣਾ ਹੁਣ ਭੁੱਲ ਚੁੱਕਿਆ, ਉਹ ਕਹਿੰਦੇ ਅੰਕਲ ਇਹ ਕੀ ਚੀਜ਼ ਹੈ, ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਬੇਟਾ ਤੁਹਾਡੇ ਦਾਦੇ ਦਾਦੀਆਂ ਤੁਹਾਡੇ ਪੜਦਾਦੇ ਇਹਨਾਂ ਚੀਜ਼ਾਂ ਨੂੰ ਵਰਤ ਵਰਤ ਕੇ ਜਵਾਨ ਹੋਏ ਤੇ ਅੱਜ ਸਾਡਾ ਪੰਜਾਬ ਇਸ ਮੌਜੂਦੇ ਸਥਾਨ ਤੇ ਪਹੁੰਚਿਆ। ਸੋਲ ਸਾਹਿਬ, ਜਿਸ ਤਰ੍ਹਾਂ ਇਹ ਸਾਰਾ ਪੁਰਾਤਨ ਸਮਾਨ ਪਿਆ ਹੋਇਆ, ਕੀ ਇਹ ਤੁਹਾਡੀ ਇਸ ਗੈਲਰੀ ਤੋਂ ਇਲਾਵਾ ਕਦੇ ਕੋਈ ਫਿਲਮਾਂ ਵਾਲੇ ਜਾਂ ਕੋਈ ਸ਼ੂਟਿੰਗਾਂ ਵਾਲੇ ਆਉਂਦੇ ਰਹਿੰਦੇ ਨੇ? ਅੱਜ ਕੱਲ੍ਹ ਤਾਂ ਬੜਾ ਉਹ ਵੀ ਪੁਰਾਤਨ ਦਿਖਾਉਂਦੇ ਨੇ, ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦਾ? ਜਦੋਂ ਮੇਰੇ ਕੋਲ ਬਹੁਤ ਥੋੜਾ ਸਮਾਨ ਸੀ ਤਾਂ ਸਭ ਤੋਂ ਪਹਿਲਾਂ ਮੈਨੂੰ ਮਿੱਟੀ ਵਾਜਾ ਮਾਰਦੀ ਫਿਲਮ ਵੱਲੋਂ ਤੀਰਥ ਪੰਜਾਬੀ ਨੇ ਆਪਦੀ ਫਿਲਮ ਦੇ ਵਿੱਚ ਮੇਰਾ ਸਮਾਨ ਲਿਆ। ਉਸ ਤੋਂ ਬਾਅਦ ਫਿਰ ਹੀਰ ਰਾਂਝਾ ਫਿਲਮ ਦੇ ਵਿੱਚ ਜਾਂ ਫਿਰ ਬਲੈਕੀਆ, ਹੁਣ ਨਵਾਂ ਹੀ ਬਲੈਕੀਆ ਤੇ ਹੋਰ ਬਹੁਤ ਸਾਰੀਆਂ ਫਿਲਮਾਂ, ਜੋਰਾ 10 ਨੰਬਰੀਆ ਜਾਂ ਹੋਰ ਬਹੁਤ ਸਾਰੀਆਂ ਫਿਲਮਾਂ ਵਾਲੇ ਦੋਸਤਾਂ ਨੇ ਮੈਥੋਂ ਇਹ ਸਮਾਨ ਲਿਜਾਂਦੇ ਤੇ ਆਪਦੀਆਂ ਫਿਲਮਾਂ ਦੇ ਵਿੱਚ ਦਿਖਾਉਂਦੇ। ਹੁਣ ਅੱਗੇ ਕੀ ਸੋਚਿਆ ਹੋਇਆ ਤੁਸੀਂ, ਕਿਉਂਕਿ ਰਿਟਾਇਰਡ ਹੋ ਗਏ, ਰਿਟਾਇਰਡ ਹੋਣ ਤੋਂ ਬਾਅਦ ਹੁਣ ਅੱਗੇ ਤੁਸੀਂ ਕੀ ਕਰ ਰਹੇ ਹੋ ਤੇ ਹੋਰ ਇਸ ਅੱਗੇ ਵਧਾਉਣ ਵਾਸਤੇ ਕੀ ਸੋਚਿਆ? ਕੋਈ ਸਰਕਾਰਾਂ ਵੱਲੋਂ ਵੀ ਮਦਦ ਹੋਈ ਹੈ? ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਦੋਂ ਰਿਟਾਇਰ ਹੋਇਆ ਤਾਂ ਮੈਨੂੰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਮੈਂ ਜੋਬ ਕਰ ਰਿਹਾ ਉੱਥੇ, ਅੱਜ ਕੱਲ੍ਹ ਰੈਗੂਲਰ ਦੀ ਤਰ੍ਹਾਂ ਹੀ ਮੈਂ ਜੋਬ ਕਰ ਰਿਹਾ। ਸਰਕਾਰਾਂ ਤੋਂ ਤਾਂ ਆਪਣੇ ਮਸਲੇ ਨਹੀਂ ਹੱਲ ਹੁੰਦੇ, ਵੋਟਾਂ ਆ ਜਾਂਦੀਆਂ ਚਲੀਆਂ ਜਾਂਦੀਆਂ, ਪਹਿਲਾਂ ਉਹ ਧੰਨਵਾਦ ਕਰਦੇ ਰਹਿੰਦੇ ਆ ਫਿਰ ਵੋਟਾਂ ਇਕੱਠੀਆਂ ਕਰਦੇ ਰਹਿੰਦੇ ਆ। ਇਹਨਾਂ ਚੀਜ਼ਾਂ ਇਹ ਜਿਹੜੇ ਕੰਮ ਹੈ ਸਰਕਾਰਾਂ ਦੇ ਕਰਨ ਵਾਲੇ ਸੀ, ਇਹ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ, ਸਰਕਾਰਾਂ ਦਾ ਮੈਨੂੰ ਕੋਈ ਸਹਿਯੋਗ ਨਹੀਂ, ਨਾ ਹੀ ਮੈਨੂੰ ਕੋਈ ਉਮੀਦ ਹੈ ਸਰਕਾਰਾਂ ਤੋਂ ਤੇ ਨਾ ਹੀ ਮੈਂ ਕਦੇ ਉਮੀਦ ਰੱਖੀ ਹੈ। ਅਸੀਂ ਸਾਡੇ ਪੰਜਾਬੀਆਂ ਦਾ ਇੱਕ ਜੋ ਵੀ ਸ਼ੌਂਕ ਹੈ ਲਾ ਲਓ, ਅਸੀਂ ਜੋ ਵੀ ਕਰਦੇ ਹਾਂ ਆਪਦੇ ਦਮ ਤੇ ਕਰਦੇ ਹਾਂ, ਤੇ ਮੈਂ ਇਹ ਚਾਹਾਂਗਾ ਕਿ ਸਰਕਾਰ ਘੱਟੋ ਘੱਟ ਸਕੂਲਾਂ ਨੂੰ ਜਾਂ ਕਾਲਜਿਸ ਨੂੰ ਇਹ ਹਦਾਇਤ ਕਰੇ, ਉਹਨਾਂ ਨੂੰ ਇੱਕ ਲੈਟਰ ਜ਼ਰੂਰ ਕੱਢੇ ਕਿ ਘੱਟੋ ਘੱਟ ਉਹ ਬੱਚੇ ਇੱਥੇ ਗੈਲਰੀ ਚ ਆ ਕੇ ਇਹ ਗੈਲਰੀ ਜ਼ਰੂਰ ਵਿਰਸੇ ਨਾਲ ਜੁੜ ਸਕਣ ਜੁੜ ਸਕਣ। ਬਿਲਕੁਲ, ਜਿਸ ਤਰ੍ਹਾਂ ਹਰਵਿੰਦਰ ਸਿੰਘ ਸੋਲ ਜੀ ਨੇ ਦੱਸਿਆ ਕਿ ਖਾਸ ਕਰਕੇ ਸਰਕਾਰ ਨੂੰ ਜਿਹੜੇ ਆ ਬੇਨਤੀ ਕੀਤੀ ਹੈ ਕਿ ਸਕੂਲ ਦੇ ਬੱਚਿਆਂ ਨੂੰ ਜਿਹੜਾ ਜ਼ਰੂਰ ਇਸ ਦੇ ਬਾਰੇ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੀਆਂ ਆਰਟ ਗੈਲਰੀਆਂ ਜੋ ਉਹਨਾਂ ਨੇ ਅੱਜ ਤੱਕ ਸਮਾਨ ਜਿਹੜਾ ਪੁਰਾਤਨ ਸਮਾਨ ਜਿਹੜਾ ਸਾਂਭ ਸੰਭਾਲ ਕੇ ਰੱਖਿਆ, ਉਹਨਾਂ ਨੂੰ ਦਿਖਾਇਆ ਜਾਵੇ ਤਾਂ ਜੋ ਉਹ ਵਿਰਸੇ ਨਾਲ ਜੁੜੇ ਰਹਿਣ। ਬਠਿੰਡਾ ਤੋਂ ਕੁਲਬੀਰ ਬੀਰਾ ਜੀ ਮੀਡੀਆ।